صرف دو پیٹا لگڑ گیا اس طرح بابا جی دی آرتی کیونکہ ٹائم بہت ہو گیا ایک پیٹ ساڑھ جیلی جی ایک بٹو جی آجو بٹو جی صرف ایک پہ بٹو جی کے جیلی جی اس طرح بابا جی دی آرتی ہارو ہارو سنو ایک وندنا ہلو ہلو ਸਾਡੇ ਜਿੰਨੇ ਵੀ ਮਾਨਕਮਾ ਤੇਰੇ ਤੋਂ ਪਰਿਵਾਰ ਆਇਆ ਹੋਇਆ ਸਾਡਾ ਉਹਨਾਂ ਨੂੰ ਬੇਨਤੀ ਹੈ ਕਿ ਬਹਿ ਜਾਓ ਹਲੇ ਪ੍ਰਸ਼ਾਦ ਲੈ ਕੇ ਜਾਓ ਇਦਾਂ ਨਹੀਂ ਜਾਣਾ ਪ੍ਰਸ਼ਾਦ ਬਹੁਤ ਜ਼ਰੂਰੀ ਹੈ ਬਸ ਭੋਗ ਲਵਾਉਣਾ ਇੱਕ ਮਿੰਟ ਤੋਂ ਬਾਅਦ ਹਾਂ ਤੁਸੀਂ ਤਾਂ ਪਰ ਜਾਣ ਵਾਲੇ ਹੋ ਹਲੋ ਹਲੋ ਸੁਣੋ ਇੱਕ ਵੰਦਨਾ ਜੀ ਤੇ ਮੇਰੇ ਵੀਰ ਦੀ ਫਰਮਾਇਸ਼ ਹੈ ਹੈਲੋ ਅੱਗੇ ਤੋਂ ਬਾਬਾ ਜੀ ਜਿਹੜਾ ਬੱਚਿਆਂ ਨੂੰ ਕੇਕ ਬਣਾਉਣਾ ਨਾ ਉਹਨਾਂ ਤੋਂ ਬਣਾਉਣਾ ਅਗਲੇ ਸਾਲ ਤੋਂ ਕਿਉਂਕਿ ਜਿਹੜੇ ਬੱਚੇ ਨੇ ਇਹ ਖੱਪ ਜ਼ਿਆਦਾ ਪਾਉਂਦੇ ਨੇ ਨਾ ਉਹ ਕੇਕ ਦੇਣਾ ਜਿਹਨਾਂ ਗੋਦ ਲਾ ਕੇ ਇਹਨਾਂ ਦੇ ਬੁੱਲ ਜੁੜੇ ਰਹਿਣ ਬੋਲਣ ਨਾਲ ਦਰਬਾਰ ਕੀ ਸੋ ਬਾਬਾ ਜੀ ਦੇ ਚਰਨਾਂ ਦੇ ਵਿੱਚ ਬੰਦਨਾ ਲਾਸਟ ਹੀ ਆਈ ਉਸ ਤੋਂ ਬਾਅਦ ਸਾਡੇ ਜਨਮ ਜਾਂਦੀ ਜੀ ਪਹਿਲਾਂ ਕੁਛ ਹੋ ਗਏ ਸੀ ਮੈਂ ਆਇਆ ਸੀ ਕਿਤੇ ਸਿੰਘ ਜੀ ਦਾ ਬਾਜਣ ਇਹਨਾਂ ਦੇ ਬਚਾਅ ਹੋ ਗਿਆ ਸੋ ਉਸ ਸਮੇਂ ਦੀ ਬੰਦਨਾ ਮਾਂ ਰਤਨੋ ਬਾਬਾ ਜੀ ਦੇ ਅੱਗੇ ਤਰਨਾ ਕਰਦੀ ਹੈ ਕਿ ਜੋਗੀ ਆ ਮੈਂ ਤੈਨੂੰ ਛੋਟੇ ਜਿਹੇ ਨੂੰ ਪਾਲਿਆ ਸੀ ਮੇਰਾ ਬੁੱਢੀ ਹੋਈ ਦਾ ਸਹਾਰਾ ਬਣੇਗਾ ਤੂੰ ਅੱਜ ਮੈਨੂੰ ਛੱਡ ਕੇ ਜੰਗਲ ਨੂੰ ਚੱਲਿਆ ਤੇਰੇ ਤੋਂ ਬਿਨਾਂ ਇਹ ਗਊਆਂ ਦਾ ਬੱਗ ਕੌਣ ਚਰਾਵੇਗਾ ਤੇਰੇ ਤੋਂ ਬਿਨਾਂ ਇਸ ਬੁੱਢੀ ਮਾਂ ਨੂੰ ਕੌਣ ਸੰਭਾਲੇਗਾ ਉਸ ਸਮੇਂ ਦੀ ਭੇਟ ਲਓ ਹੈਲੋ 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 ਸਾਡੇ ਬਾਬਾ ਜੀ ਨੇ ਇਹਨਾਂ ਵੀ ਇਹ 20-25 ਭੇਟਾਂ ਗਾਉਣੀਆਂ ਮੈਂ ਤਾਂ ਦੇਖਿਆ ਹੀ ਹੋਣਾ ਉਹ ਚੁੱਪ ਕਰ ਜਾਓ ਜੀ ਰੌਲਾ ਨਹੀਂ ਪਾਉਣਾ ਤਰਲਾ ਕੀਤਾ ਮਾਂ ਨੇ ਬੇਟੀਆਂ ਮੈਂ ਤੈਨੂੰ ਪਾਲਿਆ ਸੀ ਕਿ ਮੇਰਾ ਬੁੱਢੀ ਹੋਈ ਦਾ ਸਾਰਾ ਬਣ ਗਿਆ
بولي سچے دربار کی ہلو پت بنیا تو میرا مہما بن گئی سی تیری لگی لوکا پاجی محل قصور ہوں بات سنا رہے ہیں بندے سو جدوں بابا جی مارت نوں چھٹ کے چلے جاندے ہیں تے مارت نوں اپنے پونا ہری نوں کی کہہ رہی ہے سبڑے پیار نال سنو بولو سچے دربار کی دربار کی بت بنیا تو میرا مہما بن گئی سی تیری لگی لوکاں دے مایا تے مت ماری گئی میری ایسی چل گئی ہنیری I'm
ਸਾਡੇ ਬਾਬਾ ਜੀ ਨਿਰਭੈ ਸਿੰਘ ਜੀ ਭਾਈ ਕਿਰਪਾ ਕਰ ਦਿਓ ਲਾਸਟ ਪੇ ਆਖਰੀ ਸੋ ਉਸ ਤੋਂ ਬਾਅਦ ਬਾਬਾ ਜੀ ਨੂੰ ਭੋਗ ਲਗਾਵਾਂਗੇ ਸਾਡੇ ਬਾਬਾ ਜੀ ਨਿਰਭੈ ਸਿੰਘ ਜੀ ਹਰਬੰਸਪੁਰੇ ਵਾਲੇ ਇਹਨਾਂ ਦੇ ਵੀ ਬਾਬਾ ਜੀ ਦੀ ਚੌਂਕੀ ਬਾਬਾ ਜੀ ਦਾ ਕੇਕ ਤੇ ਬਰਥਡੇ ਮਨਾਇਆ ਜਾਣਾ 8 ਤਰੀਕ ਨੂੰ ਕਿਹੜੇ ਮਹੀਨੇ ਦੀ ਜੀ ਐਸੇ ਮਹੀਨੇ ਦੀ ਹੱਥ ਲੰਘੀ ਅੱਜ ਵੀ ਆਉਣੀ ਜਿਹੜੀ ਆਉਣੀ ਯਾਦ ਰੱਖਿਓ ਸੋ ਆਪਾਂ ਸਾਰਿਆਂ ਨੇ ਉੱਥੇ ਵੀ ਪਹੁੰਚਣਾ ਹਾਜ਼ਰੀ ਲਾਉਣੀ ਹੈ ਬਾਬਾ ਜੀ ਦੇ ਦਰਬਾਰ ਤੇ ਸੋ ਕਹਿ ਦਿਓ ਦਰਬਾਰ ਕੀ ਲਓ ਜੀ ਆਓ ਜਿਹੜਾ ਜਕਾਰਾ ਨਹੀਂ ਲਾਊਗਾ ਢੋਲਕੀ ਦੀ ਜੂਨ ਵਿੱਚ ਰਹੂਗਾ ਸਾਰੀ ਰੱਤ ਗੁੱਟ ਖੋਗਾ ਬੋਲ ਸਾਚੇ ਦਰਬਾਰ ਕੀ ਦਰਬਾਰ ਕੀ ਬੋਲ ਸਾਚੇ ਦਰਬਾਰ ਕੀ ਲਓ ਬਹੁਤ ਹੀ ਬੰਦਨਾ ਵਧੀਆ ਬੰਦਾ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗਿਆ ਸਭ ਤੋਂ ਪਹਿਲਾਂ ਤਾਂ ਸਾਡੇ ਬਾਬਾ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਅੱਜ ਦੇ ਬਾਬਾ ਜੀ ਦੇ ਜਨਮ ਦਿਨ ਦੀਆਂ ਸੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈ ਲਓ ਮੇਰੀ ਆਪਣੀ ਕਲਮ ਦੇ ਨਾਲ ਲਿਖੀ ਬਿਲਕੁਲ ਨਵੀਂ ਭੇਟ ਹੈ ਗੁਲਾਬ ਥੋੜੇ ਦਿਨਾਂ ਦੇ ਵਿੱਚ ਰਿਕਾਰਡ ਹੋ ਕੇ ਤੁਹਾਡੇ ਸਾਹਮਣੇ ਆ ਜਾਣੀ ਇੱਕ ਭਗਤ ਦੇ ਵਿਆਹ ਨੂੰ 8 ਸਾਲ ਹੋ ਜਾਂਦੇ ਆ ਉਹ ਬਾਬਾ ਜੀ ਦੇ ਦਰਬਾਰ ਤੇ ਜਾ ਕੇ ਚੇਤ ਦੇ ਮਹੀਨੇ ਭਗਤ ਜਾਂਦੇ ਬਾਬਾ ਜੀ ਦੇ ਦਰਬਾਰ ਦੇ ਪੈਰ ਫੜ ਦਿੰਦਾ ਕਿਸ ਤਰ੍ਹਾਂ ਫੜਦੇ ਰਹਿ ਜਾਂਦੇ ਨੇ ਸੁਣੋ ਗੱਲ ਸੁਣੋ ਮੇਰੀ ਭਗਤੋ ਬਾਬੇ ਬੰਦ ਕੀਤਾ ਮੈਂ ਖਿਆਲ ਦੀ ਚੇਤ ਦੇ ਮਹੀਨੇ ਪੈਰ ਫੜ ਕੇ ਸੰਗਤਾਂ ਚੋ ਲਿਆ ਮੈਂ ਲਾਲ ਦੀ ਚੇਤ ਦੇ ਮਹੀਨੇ ਪੈਰ ਫੜ ਕੇ ਸੁਣੋ ਮੇਰੀ ਭਗਤੋ ਬਾਬੇ ਬੰਦ ਕੀਤਾ ਮੈਂ ਖਿਆਲ
ਕੇ ਤਾੜੀ ਲਾ ਦੋ ਜਕਾਰਾ ਪਾਉਂਦਾ ਹਰੀ ਦਾ ਬਹੁਤ ਸਾਚੇ ਦਰਬਾਰ ਕੀ ਸੋ ਆਪੋ ਆਪਣੀ ਜਗ੍ਹਾ ਤੇ ਖੜੇ ਹੋ ਜਾ ਬਾਬਾ ਜੀ ਦੀ ਆਰਤੀ ਹੈਲੋ ਹੈਲੋ Hello. Hello. Jaggu hai kada hi. Jaggu kithe hai? Jagara pauna hari da. Oh, dekh udhar. Main to baaji pichhe. Ah, dekhyo bhara ji. ਦੇਖੋ ਮਰਾ ਜੀ ਦੇਖੋ ਜੀ ਦੇਖੋ ਮਾਲ ਓਮ ਜੈ ਕਰ ਆਧਾਰੀ ਹਰੇ ਸੁਆਮੀ ਜੈ ਦੁਗਾ ਧਾਰੀ ਹਰੇ ਸੰਗਤ ਜਨ ਹੋ ਕੇ ਸੰਕਟ ਦਾਸ ਜਨ ਹੋ ਕੇ ਸੰਕਟ ਤੂਨੇ ਵਾਲਾ ਦੂਰੇ ਕਰੇ ਹਰੀ ਓਮ ਜੈ ਹਰੀ ਓਮ ਜੈ ਕਲਾਧਾਰੀ ਹਰੇ ਜੈ ਕੋਣਾ
جاكارا فانا هاري دوار سچے دروار سو بابا جی نو بھوک لگن جا رہے ہیں جنیا سنگتا بابا جی دربار وچ بھجن کھڑے نے سو بابا جی اگے ترلا کرنا کہ بال دا پرساد پرساد بنایا ہے سو اس دا بھوک لگاؤ تے سانو یاد دیو کہ اسی بھگتاں دے وچ ورتائیے سو آؤ سارے رل کے بابا جی ترلا وچ کریے بولو سچے دربار کی جے کر پونا ہری دا لالو بابا جی ساڈا بھوگ غریباں دا بھوگ غریباں دا بھوگ غریباں دا لالو بابا جی ساڈا بھوگ غریباں دا Hot the
حاضر ہو کے بابا جی دی جوتی دا آشیرواد لیا سو اگلا جنم دہاڑا ساڈے بہت ہی عجیب پیارے بھگت سردار نرپیا سنگھ جی والوں 8 جولائی دا ہربھونس پورے جنم دہاڑا منایا جانا سنگھاں نوں میرے والوں کلدیپ بھگت جی والوں نرپیا سنگھ جی والوں ہتھ بن کے بینتی ہے کہ 8 تاریخ شام نو ہربھونس پورا پنڈ دے وچ بابا جی دی جوتی دا آشیرواد لاؤ تے بابا جی دا برتھ ڈے مناؤ
ਇਹ ਜੋ ਬਰਥਡੇ ਹੈ ਆ ਇੱਕ ਮਹੀਨਾ ਪੂਰਾ ਇਹ ਚੱਲਦਾ ਹੈ 2 ਜੂਨ ਤੋਂ ਸ਼ੁਰੂ ਹੋ ਕੇ 8-10 ਜੁਲਾਈ ਤੱਕ ਜਾਂਦਾ ਹੈ ਕਿਉਂਕਿ ਡੇਟ ਕਿਸੇ ਨੂੰ ਪੱਕੀ ਯਾਦ ਨਹੀਂ ਹੈ ਵੀ ਕਦੋਂ ਬਾਬਾ ਜੀ ਦਾ ਜਨਮ ਹੋਇਆ ਸਾਨੂੰ ਕਮੈਂਟ ਵੀ ਆਉਂਦੇ ਨੇ ਵੀ ਸਾਰੇ ਇੱਕ ਡੇਟ ਰੱਖ ਲਓ ਪਰ ਇੱਕ ਡੇਟ ਤਾਂ ਰੱਖੀ ਜੇ ਬਾਬਾ ਜੀ ਦਾ ਪੱਕਾ ਪਤਾ ਹੋਵੇ ਵੀ ਕਿਸ ਦਿਨ ਇਹਨਾਂ ਦਾ ਜਨਮ ਹੋਇਆ ਕਿਉਂਕਿ ਜੋ ਅਸੀਂ 20 ਜੂਨ ਦਾ ਮਨਾ ਰਹੇ ਹਾਂ ਸਭ ਤੋਂ ਪਹਿਲਾ ਜਨਮ ਦਿਹਾੜਾ ਜਲੰਧਰ ਵਾਲਿਆਂ ਦੇ ਗੱਡੀ ਗਈ ਸੀ ਟ੍ਰੇਨ ਪੂਰੀ ਰੇਲ ਭਗਤਾਂ ਦੀ ਗਈ ਸੀਗੀ ਉਹਨਾਂ ਨੇ ਜੂਨਾਗੜ੍ਹ ਦੇ ਵਿੱਚ ਜਾ ਕੇ ਜਨਮ ਦਿਨ ਮਨਾਇਆ ਸੀ 20 ਜੂਨ ਦਾ ਉਸੇ ਕਰਕੇ ਸਾਨੂੰ ਇਹ 7ਵਾਂ 8ਵਾਂ ਸਾਲ ਹੈ ਬਾਬਾ ਜੀ ਦਾ ਜਨਮ ਦਿਨ ਮਨਾਉਂਦੇ ਹਾਂ ਅਤੇ ਅਸੀਂ 20 ਜੂਨ ਦਾ ਹੀ ਮਨਾਉਂਦੇ ਹਾਂ ਵੈਸੇ ਤਾਂ ਆਪਾਂ ਬੱਚਿਆਂ ਦੀਆਂ ਬਰਥਡੇ ਮਨਾਉਂਦੇ ਹਾਂ ਆਪਾਂ ਨੂੰ ਯਾਦ ਹੁੰਦੀਆਂ ਲੇਕਿਨ ਬਾਬਾ ਜੀ ਦਾ ਵੀ ਬਰਥਡੇ ਮਨਾਉਣਾ ਚਾਹੀਦਾ ਜੋ ਕਿ ਸੰਗਤਾਂ ਦੇ ਹਿਸਾਬ ਦੇ ਨਾਲ ਅਸੀਂ ਫਰਜ਼ ਪੂਰਾ ਕਰਦੇ ਹਾਂ ਸੋ ਜੋ ਵੀ ਤਿਲ ਫਿਲ ਹੁੰਦਾ ਸੰਗਤਾਂ ਦਾ ਇਕੱਠਾ ਕੀਤਾ ਹੋਇਆ ਇਹ ਮੈਂ ਇਕੱਲਾ ਨਹੀਂ ਕਰਦਾ ਇਹ ਸਾਰੀ ਸੰਗਤ ਕਰਦੀ ਹੈ ਇਹ ਸੰਗਤ ਦਾ ਹੀ ਪ੍ਰਤਾਪ ਹੈ ਇਹ ਸਾਡੀ ਪ੍ਰਬੰਧਕ ਕਮੇਟੀ ਦਾ ਸਾਡੀ ਸੰਤ ਭਜਨ ਮੰਡਲੀ ਦਾ ਪ੍ਰਤਾਪ ਹੈ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਕੀਤਾ ਸੋ ਗਲਤੀ ਹੋਵੇ ਤਾਂ ਮਾਫ਼ ਕਰਨਾ ਕਈ ਵਾਰੀ ਵੱਧ ਚੜ੍ਹ ਕੇ ਕੋਈ ਸ਼ਬਦ ਕਿਹਾ ਜਾਂਦਾ ਤਾਂ ਅਣਜਾਣ ਦਾਸ ਸਮਝ ਕੇ ਮਾਫ਼ ਕਰਨਾ ਜਕਾਰਾ ਦੂਜਾ ਧਾਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਾਰਿਆਂ ਬਾਹਰੋਂ ਆਈਆਂ ਸੰਗਤਾਂ ਦਾ ਭਗਤਾਂ ਦਾ ਇੱਕ ਵਾਰੀ ਫਿਰ ਧੰਨਵਾਦ ਕੀਤਾ ਜਾਂਦਾ ਜੈਕਾਰਾ ਸੁੰਦਰ ਗੁਫਾ ਵਿੱਚ ਰਹਿਣ ਵਾਲੇ ਜੋਗੀ ਦਾ ਜੈਕਾਰਾ ਭੋਲੇ ਸ਼ੰਕਰ ਜੀ ਦਾ ਜੈਕਾਰਾ ਕਲਪਤ ਸ਼੍ਰੀ ਗਣੇਸ਼ ਜੀ ਦਾ ਜੈਕਾਰਾ ਮਾਂ ਸ਼ੇਰਾਂ ਵਾਲੀ ਦਾ ਜੈਕਾਰਾ ਪੰਜਾਬੀਆਂ ਦਾ ਜੈਕਾਰਾ ਆਪੋ ਆਪਣੇ ਗੁਰੂ ਮਹਾਰਾਜ ਜੀ ਦਾ ਜੈਕਾਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੈਕਾਰਾ ਸਾਈਂ ਬਾਬਾ ਜੀ ਦਾ ਜੈਕਾਰਾ ਸਿੰਘਾਂ ਸ਼ਹੀਦਾਂ ਦਾ ਜੈਕਾਰਾ ਆਪਣੇ ਵਡੇਰਿਆਂ ਦਾ ਜੈਕਾਰਾ ਏ ਦਰਾਇਸਾ ਸੰਗਤ ਦਾ ਬੋਲ ਸਾਚੇ ਦਰਬਾਰ ਕੀ ਜੈ ਸਾਰਿਆਂ ਨੇ ਆਪੋ ਆਪਣੀ ਜਗ੍ਹਾ ਤੇ ਬੈਠਣਾ ਬੈਠਿਆਂ ਨੂੰ ਪ੍ਰਸ਼ਾਦ ਮਿਲੇਗਾ ਸਾਰਿਆਂ ਨੇ ਪ੍ਰਸ਼ਾਦ ਲੈ ਕੇ ਜਾਣਾ ਆਮਾ ਕਰੇ ਕੋਲੇ